ਬਾਥਰੂਮ ਬੱਚਿਆ ਜਾਣਾ, ਟੋਇਲ ਚ ਵੀ ਜਾਣਾ, ਬਰਸ਼ ਕਰਨੇ, ਕੱਪੜੇ ਧੋਣੇ, ਕਿੱਥੋਂ ਬੱਚਿਆ ਸਿਰ ਕਿੱਥੋਂ ਧੋਣੇ ਨੇ, ਪਾਣੀ ਬਸ ਮਾਣ ਪਾਣੀ ਕਿਤੋਂ ਹੀ ਡਾਉਣਾ ਵੇ, ਜਾਣਾ ਹੀ ਕਿੱਥੇ, ਕਿਹੜੀ ਥਾਂ ਤੇ, ਤੁਹਾਨੂੰ ਦੱਸੋ ਮੋਟਰ ਕਿਹੜੀ, ਜਿਹੜੀ ਮੋਟਰ ਤੇ ਹੀ ਚੱਲ ਜੀ, ਪਾਣੀ ਕਿੱਧਰ ਦਾ ਆਇਆ ਹੋਇਆ, ਪਾਣੀ 10 ਦਿਨ ਹੋ ਗਏ ਨੇ ਪਾਣੀ ਆਇਆ ਹੀ ਨਹੀਂ, ਪਾਣੀ ਸਾਡੀਆਂ ਬਾਲਟੀਆਂ ਚ ਵੇਖੋ ਕਿੰਨਾ ਗੰਦਾ ਹੈ, ਜਿਹੜਾ ਅਸੀਂ ਪੀ ਰਹੇ ਹਾਂ, 10 ਦਿਨਾਂ ਦਾ ਪਾਣੀ ਭਰਿਆ ਅਸੀਂ ਪੀ ਰਹੇ ਹਾਂ, ਤੇ ਵੋਟਾਂ ਲਈ ਇੰਨੇ ਮਿੱਠੇ ਪੈਰੀ ਹੱਥ ਲਾ ਦੇ ਨੇ, ਸਾਨੂੰ ਵੋਟਾਂ ਦਿਓ, ਸਹੀ ਗੱਲ ਹੈ ਜੀ, ਠੀਕ ਹੈ ਤੁਸੀਂ ਪਹਿਲਾਂ ਬਿੱਲ ਦਿੱਤੇ ਨੇ, ਰਸੀਦਾਂ ਵੀ ਨੇ, ਬਿੱਲ ਨੇ, ਜਿਹੜੇ ਕਾਰਡ ਦਿੱਤੇ ਹੋਏ ਨੇ, ਸਰਕਾਰ ਤੋਂ ਕੀ, ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ, ਸਰਕਾਰ ਤੋਂ ਕੀ ਮੰਗ ਕਰਦੇ ਹੋ, ਕੋਈ ਕੋਈ ਕਹਿੰਦੀ ਟੋਲਟ ਨੀ ਬਣੀ, ਕੋਈ ਕਿਸੇ ਦੇ ਕੁਛ ਵੀ ਨੀ ਲੱਕੜ ਕਲਾ ਠੀਕ ਹੈ ਜੀ। ਦਸ ਸਾਲ ਪਹਿਲੇ ਸਾਡੀ ਨਾ ਕੀ ਕਹਿੰਦੇ ਨੂੰ ਟੈਂਕੀ ਵਾਸਤੇ ਗੱਲ ਚੱਲੀ ਸੀਗੀ, ਉਦੋਂ ਸੀਗਾ 2.5 ਲੱਖ ਰੁਪਇਆ ਬਿੱਲ, 10 ਸਾਲ ਤੋਂ ਬਾਅਦ ਅੱਜ ਹੋਈ ਹੈ ਮੀਟਿੰਗ ਜਿਹੜੀ ਕਿ ਅੱਜ ਬਿੱਲ ਹੈਗਾ ਸਾਡਾ ਤਕਰੀਬਨ 70-80 ਲੱਖ ਰੁਪਈਆ, ਕੋਈ ਹਿਸਾਬ ਨਹੀਂ ਕਿਸੇ ਤੋਂ, ਕੋਈ ਇਹਦਾ ਲੈਣ ਦੇਣ ਨਹੀਂ ਹੈਗਾ, ਕੀ ਕਿਸੇ ਨੇ ਦਿੱਤਾ, ਕੀ ਕਿਸੇ ਨੇ ਲਿਆ, ਨਾ ਕੋਈ ਇਹਦਾ ਕਲੀਅਰ ਹੁੰਦਾ ਅੱਜ ਤੱਕ, ਨਾ ਇਹਦਾ ਜ਼ਿੰਮੇਵਾਰ ਕੋਈ ਹੈਗਾ ਆ, ਪਿੰਡ ਇੰਨਾ ਕੁ ਦੁਖੀ ਆ ਇਸ ਟਾਈਮ, ਕਿਸੇ ਦੇ ਘਰ ਪਾਣੀ ਘੁੱਟ ਪੀਣ ਨੂੰ ਨਹੀਂ ਹੈ, ਮੋਟਰਾਂ ਤੋਂ ਭਰ ਭਰ ਕੇ ਲਿਆ ਕੇ ਲੋਕ ਪਾਣੀ ਪੀਣ ਡੇ ਆ, ਇੱਕ ਘੁੱਟ ਪਾਣੀ ਦਾ ਨਹੀਂ, ਬੱਚੇ ਨਹਾਉਣ ਵਾਸਤੇ ਮੁਸ਼ਕਲ ਹੋਈ ਪਈ ਹੈ ਪਿੰਡ ਦੇ ਵਿੱਚ, ਰੋਟੀਆਂ ਬਣਾਉਣ ਵਾਸਤੇ ਗੁਆਂਢੀਆਂ ਤੋਂ ਭਰ ਭਰ ਕੇ ਪਾਣੀ ਲੈਣ ਡੀਆਂ ਜਨਾਨੀਆਂ, ਇਸ ਕਰਕੇ ਇੰਨਾ ਕੁ ਜ਼ਿਆਦਾ ਪਿੰਡ ਦੁਖੀ ਆ, ਇੰਨਾ ਕੁ ਮੋਟਰਾਂ ਦੇ ਲੋਕਾਂ ਜ਼ਿਮੀਂਦਾਰਾਂ ਦੇ ਬੰਦ ਆ, 80 ਤਬਕੇ ਦੇ ਘਰਾਂ ਦੇ ਬਿੱਲ ਮਾਫ਼ ਆ, ਕੀ ਗੱਲ ਕੀ ਹੈ, ਇੱਕ ਮੋਟਰ ਦਾ ਬਿੱਲ ਨਹੀਂ ਮਾਫ਼ ਹੋ ਸਕਦਾ ਇਹਦੇ ਪਿੰਡ ਵਾਸਤੇ, ਇਹ ਖਾਸ ਕਰਕੇ ਹੈਗਾ ਇੱਕ ਮੋਟਰ ਦਾ ਬਿੱਲ ਜਿਹੜਾ ਇਹਨੂੰ ਮਾਫ਼ ਕੀਤਾ ਜਾਣਾ ਚਾਹੀਦਾ, ਕਿ ਜੋ ਕਿ ਸਾਰਾ ਪਿੰਡ ਪਬਲਿਕ ਸਾਰੀ ਸੁਖੀ ਰਹਿ ਸਕੇ। ਕਨੈਕਸ਼ਨ ਕੱਟਿਆ ਗਿਆ, ਕਨੈਕਸ਼ਨ ਪਿੰਡ ਦਾ ਕੱਟਿਆ ਗਿਆ ਆ, ਕਦੋਂ ਦਾ, ਇਹਨੂੰ ਤਕਰੀਬਨ 8 ਦਿਨ ਹੋ ਗਏ ਹੋਣੇ ਆ ਪਿੰਡ ਦੇ ਵਿੱਚ ਪਾਣੀ ਦਾ ਘੁੱਟ ਨਹੀਂ ਆ, 8 ਦਿਨ ਤੋਂ ਪਾਣੀ ਨਹੀਂ ਆ ਰਿਹਾ, 8 ਦਿਨ ਤੋਂ ਪਾਣੀ ਨਹੀਂ ਆ ਰਿਹਾ ਪਿੰਡ ਦੇ ਵਿੱਚ ਬਿਲਕੁਲ, ਲੋਕ ਬਿੱਲ ਦਿੰਦੇ ਨੇ, ਹਾਂ ਲੋਕ ਬਿੱਲ ਦੇਣ ਡੇ ਆ, ਅੱਧੇ ਪਜੇਦੇ ਦਿੰਦੇ, ਅੱਧੇ ਪਜੇਦੇ ਨਹੀਂ ਦਿੰਦੇ, ਉਹਨੇ ਬਿੱਲ ਨਾਲ ਵੀ ਪਤਾ ਨਹੀਂ ਗੱਲ ਬਣਦੀ ਜਾਂ ਨਹੀਂ ਬਣਦੀ, ਕੀ ਹਿਸਾਬ ਤਾਂ ਇਹਦਾ ਕਿਸੇ ਕੋਈ ਹਿਸਾਬ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਪਾਣੀ ਕਰਕੇ ਦੱਸੋ, ਕਹਿ ਕੇ ਤਾਰਾ ਲਵਾ ਕੇ ਫੇਰ ਪਾਣੀ ਭਰਿਆ ਵਾ, ਅੱਜ ਫੇਰ ਅਸੀਂ ਆਏ 10 ਦਿਨ ਹੋ ਗਏ, ਸਾਨੂੰ ਤੰਗੀ ਇੰਨੀ ਹੈ ਨਾ, ਸਾਡੇ ਬੱਚੇ ਸਕੂਲੇ ਜਾ ਰਹੇ ਨੇ, ਸਭ ਵਿਚਾਰੇ ਨਾ ਉਧਰ ਨਾ ਜਾਂਦੇ ਨੇ, ਮੈਡਮਾਂ ਕਹਿੰਦੀਆਂ ਨਾ ਆਗੇ ਨੀ ਆਏ,
ਸਪਲਾਈ ਦੇ ਰਹੇ ਹੋ ਕੀ ਕਾਰਨ ਹੈ ਕਿ ਤੁਸੀਂ ਜਿਹੜੇ ਕਿ ਆਪਣੇ ਵੱਲੋਂ ਪਿੰਡ ਦੀ ਸਪਲਾਈ ਪਾਣੀ ਨੂੰ ਦੇ ਰਹੇ ਹੈ? ਇਹ ਬਿਜਲੀ ਦਾ ਕਨੈਕਸ਼ਨ ਕੱਟੇ ਜਾਣ ਕਰਕੇ ਸਾਨੂੰ ਮਤਲਬ ਕਿ ਲੋਕਾਂ ਨੇ ਆ ਕੇ ਕਿਹਾ ਵੀ ਪਾਣੀ ਦੀ ਮਤਲਬ ਕਿ ਪੰਚਾਇਤ ਨੂੰ ਕਿਹਾ ਵੀ ਬਹੁਤ ਦਿੱਕਤ ਹੈ। ਅਸੀਂ ਫਿਰ ਭਲਾਈ ਮੰਚ ਦੇ ਨਾਲ ਆਪਣੀ ਸਲਾਹ ਕਰਕੇ ਟੈਂਕੀ ਲਿਆ ਕੇ ਹਰੇਕ ਮੁਹੱਲੇ ਦੇ ਵਿੱਚ ਲੋੜ ਮੁਤਾਬਕ, ਮੈਂ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਲੋੜ ਮੁਤਾਬਕ ਅਸੀਂ ਮਤਲਬ ਕਿ ਟੈਂਕੀਆਂ ਪਹੁੰਚਾਈਆਂ ਅਤੇ ਅੱਜ ਵੀ ਮੁੰਡੇ ਦੁਬਾਰਾ ਫਿਰ ਇੱਕ ਦਿਨ ਵਿੱਚ ਕਨੈਕਸ਼ਨ ਲਾਇਆ ਗਿਆ ਸੀ ਜਾਂ ਕਿਸ ਤਰ੍ਹਾਂ ਚਲਾਈ ਸੀ ਅਤੇ ਹੁਣ ਦੁਬਾਰਾ ਫਿਰ ਕੱਟ ਹੋਣ ਕਾਰਨ ਅਸੀਂ ਅੱਜ ਫਿਰ ਦੁਬਾਰਾ ਜਿੱਥੇ ਵੀ ਲੋੜ ਆ ਅਸੀਂ ਉੱਥੇ ਮਤਲਬ ਪਾਣੀ ਪਹੁੰਚਾ ਰਹੇ ਹਾਂ। ਜਿਹੜੇ ਪਾਣੀ ਦੀ ਸਮੱਸਿਆ ਕਿੰਨੇ ਟਾਈਮ ਤੋਂ ਹੋ ਰਹੀ ਆ? ਦੇਖੋ ਹੁਣ ਫਿਲਹਾਲ ਤੋਂ ਹੁਣ ਜ਼ਿਆਦਾ ਹੋਈ ਸਮੱਸਿਆ ਅਤੇ ਹੁਣ ਇਹ ਵੀ ਜ਼ਾਹਰ ਹੋ ਰਿਹਾ ਵੀ ਇਹਦਾ ਮਤਲਬ ਕਿ ਟੈਂਕੀ ਦਾ ਜਿਹੜਾ ਬਿੱਲ ਆ ਉਹ ਬਹੁਤ ਜ਼ਿਆਦਾ ਬਣ ਗਿਆ, ਇਸ ਕਰਕੇ ਇਹਦਾ ਜ਼ਿਆਦਾ ਕਨੈਕਸ਼ਨ ਕੱਟਿਆ ਗਿਆ। ਕਿੰਨਾ ਬਿੱਲ ਕਿੰਨਾ ਹੋ ਗਿਆ? ਤਕਰੀਬਨ 70 ਲੱਖ ਕਹਿ ਰਹੇ, ਕੋਈ 74 ਕਹਿ ਰਿਹਾ, ਇਹ ਵੱਖਰਾ ਵੱਖਰਾ ਮਤਲਬ ਕਿ ਪੂਰਾ ਕਲੀਅਰ ਨਹੀਂ ਹੋ ਰਿਹਾ ਵੀ ਕਿੰਨਾ ਆ, ਮਤਲਬ ਕਿ 70 ਲੱਖ ਤੋਂ ਉੱਪਰ ਆ। ਤਾਂ ਜਿਹੜੀ ਪੰਚਾਇਤ ਵੱਲੋਂ ਕੀ ਕੀਤਾ ਜਾ ਰਿਹਾ? ਪੰਚਾਇਤ ਦੇਖੋ, ਪੰਚਾਇਤ ਜੇਕਰ ਇਹ ਮੁੜ ਤੋਂ ਆਪਣੇ ਹੱਥ ਵਿੱਚ ਇਹ ਕੰਮ ਲਿਆ ਹੁੰਦਾ ਤਾਂ ਅੱਜ ਤੱਕ ਇਹ ਨੌਬਤ ਨਹੀਂ ਹੋਣੀ। ਤੇ ਇਸ ਸੰਬੰਧੀ ਕੋਈ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੋਈ ਧਿਆਨ ਵਿੱਚ ਲਿਆਂਦਾ ਕੋਈ ਲਿਖਤ? ਹੁਣ ਦੇਖੋ ਹੁਣ ਤੁਹਾਡੇ ਥਰੂ ਅਸੀਂ ਮਤਲਬ ਕਿ ਆਪਣੀ ਸਰਕਾਰ ਤੱਕ ਅਸੀਂ ਗੱਲ ਪੁਚਾ ਰਹੇ ਹਾਂ ਵੀ ਉਹ ਇਸ ਮਸਲੇ ਦਾ ਕੋਈ ਨਾ ਕੋਈ ਵਧੀਆ ਢੰਗ ਦੇ ਨਾਲ ਹੱਲ ਕਰਨ ਤਾਂ ਜੋ ਜਿਹੜੀ ਪਬਲਿਕ ਆ ਇਹ ਪਾਣੀ ਤੋਂ ਮਤਲਬ ਕਿ ਜਿਹੜੀ ਐਟ ਟਾਈਮ ਬਹੁਤ ਤੰਗ ਆ ਉਹਦਾ ਹੱਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪਿੰਡ 'ਚ ਕੀ ਹੋਰ ਕੀ ਸਮੱਸਿਆ ਵਾ? ਦੇਖੋ ਸਮੱਸਿਆ ਤਾਂ ਤਕਰੀਬਨ ਪਿੰਡਾਂ ਦੇ ਵਿੱਚ ਆਮ ਚੱਲਦੀਆਂ ਰਹਿੰਦੀਆਂ ਪਰ ਫਿਰ ਵੀ ਜਿਹੜੀ ਇਸ ਟਾਈਮ ਜਿਹੜੀ ਮੇਜਰ ਸਮੱਸਿਆ ਉਹ ਇਹ ਪਾਣੀ ਦੀ ਆ, ਇਹ ਚੱਲ ਰਹੀ ਹੈ। ਕੀ ਨਾਮ ਆ ਜੀ ਆਪਣਾ? ਮੇਰਾ ਨਾਂ ਜਸਵਿੰਦਰ ਬੁੱਟਾ। ਹਾਂਜੀ, ਕਿਹੜਾ ਪਿੰਡ? ਲਖਣ ਕਲਾਂ ਤੋਂ। ਅੱਜ BSP ਤੋਂ ਜ਼ਿਲ੍ਹਾ ਸਕੱਤਰ ਕਪੂਰਥਲਾ ਵੱਲੋਂ ਮੈਂ ਜੋ ਵੀ ਪਿੰਡ 'ਚ ਵਾਪਰਾ, ਪਿੰਡ ਵਿੱਚ ਦੁਰਘਟਨਾ ਵਾਪਰੀ ਆ, ਪਾਣੀ ਦੀ ਸਮੱਸਿਆ ਜੋ ਵੀ ਸਾਡੇ ਪਿੰਡ ਵਿੱਚ ਹੋਈ ਅੱਜ, ਇਹ ਬੜੇ ਲੰਬੇ ਸਮੇਂ ਤੋਂ ਇਹ ਚੱਲਦਾ ਆਉਣ ਡਿਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਗਰੀਬ ਲੋਕ ਆ ਇਹਨਾਂ ਦੇ ਘਰਾਂ ਵਿੱਚ ਜਿਹੜੀਆਂ ਕਿ ਸਬਮਰਸੀਬਲ ਮੋਟਰਾਂ ਨਹੀਂ ਲੱਗੀਆਂ ਜਾਂ ਟੈਂਕੀਆਂ ਨਹੀਂ ਰੱਖ ਹੋਈਆਂ ਕਿ ਜਿਹੜੇ ਪਾਣੀ ਤੋਂ ਜਿਹੜੇ ਅੱਜ ਵਾਂਝੇ ਤੁਰੇ ਫਿਰਦੇ ਆ, ਕਿਉਂਕਿ ਅੱਜ ਸਮੇਂ ਸਿਰ ਸਰਕਾਰਾਂ ਆਈਆਂ ਅਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਜਿਹੜੇ ਬਿੱਲ ਲੈਂਦੇ ਰਹੇ ਗਰਾਉਂਦੇ ਰਹੇ ਆ ਉਹਨਾਂ ਕੋਲੋਂ ਜੋ ਵੀ ਆ ਪੁੱਛਗਿੱਛ ਕੀਤੀ ਜਾਵੇ ਵੀ ਜਿਹੜਾ ਬਿੱਲ ਦੀ ਜਿਹੜੀ ਆ ਸਥਿਤੀ ਆ ਉਹ ਕਿੱਦਾਂ ਹੋਈ ਆ ਪਿਛਲੇ ਸਮੇਂ 'ਚ ਉਹਦੀ ਜਾਣਕਾਰੀ ਪੂਰੀ ਲਈ ਜਾਵੇ, ਕਿਉਂਕਿ ਬਿੱਲ ਲੋਕ ਦਿੰਦੇ ਸੀਗੇ ਜਾਂ ਕੁਛ ਕਰ ਦਿੰਦੇ ਜਾਂ ਜਿਹੜੇ ਨਹੀਂ ਸੀ ਦਿੰਦੇ ਉਹਨਾਂ ਦੀ ਜਿਹੜੀ ਪੂਰਾ ਬਾਇਓਡਾਟਾ ਲਿਆ ਜਾਵੇ ਅਤੇ ਉਹਨਾਂ ਦੀ ਜਾਣ ਪੜਤਾਲ ਕੀਤੀ ਜਾਵੇ ਅਤੇ ਜਿਹੜਾ ਪੈਸਾ ਇੰਨਾ ਇਹ ਪਿੰਡ ਦਾ ਕਿੱਥੇ ਗਿਆ ਇਹ ਆਪਾਂ ਨੂੰ ਦੇਖਣ ਦੀ ਲੋੜ ਅੱਜ, ਕਿਉਂਕਿ ਆਪਾਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਅੱਜ ਦੀ ਕਾਂਗਰਸ ਸਰਕਾਰ ਕੋਲੋਂ ਕਿ ਜਿਹੜਾ ਸਾਡੇ ਪਿੰਡ ਲੱਖਣ ਕਲਾਂ ਦੇ ਵਿੱਚ ਟੈਂਕੀ ਦੀ ਸਥਿਤੀ ਬਣੀ ਪਈ ਆ ਇਹਦਾ ਜੋ ਕਿ ਹੱਲ ਕੱਢਿਆ ਜਾਵੇ ਛੇਤੀ ਤੋਂ ਛੇਤੀ ਅਤੇ ਗਰੀਬ ਲੋਕ ਜਿਹੜੇ ਇਹ ਪਾਣੀ ਪੀ ਸਕਣ ਅਤੇ ਪਾਣੀ ਤੋਂ ਜਿਹੜੇ ਵਾਂਝੇ ਨਾ ਰਹਿ ਸਕਣ। ਸਾਡੇ ਗਰੀਬ ਪਰਿਵਾਰਾਂ ਦੀ ਸਮੱਸਿਆ ਇਹ ਬੜੀ ਤੜੀ ਸਮੱਸਿਆ ਵਾ, ਅਸੀਂ ਸਰਕਾਰਾਂ ਕੋਲ ਮੰਗ ਕਰਦੇ ਹਾਂ ਇਹ ਵੀ ਜਿਹੜੀ ਆਉਣ ਵਾਲੀ ਸਰਕਾਰ ਆ ਕਾਂਗਰਸ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਪਾਣੀ ਦਾ ਹੱਲ ਕੀਤਾ ਜਾਵੇ, ਇਹ ਟੈਂਕੀ ਦਾ ਜਿਹੜਾ ਇੰਨਾ ਬਿੱਲ ਆ ਇਹਦੇ ਵਾਸਤੇ ਸੋਚ ਵਿਚਾਰ ਕੀਤੀ ਜਾਵੇ। ਇਹਨੀ ਗੱਲ ਨੂੰ ਸਮਾਪਤ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਅਲਕਾ। ਕਿਹੜਾ ਪਿੰਡ ਹੈ? ਲੱਖਣ ਕਲਾਂ। ਕੀ ਪ੍ਰੋਬਲਮ ਆ ਰਹੀ, ਕੀ ਮੁਸ਼ਕਲ ਆ? ਪਾਣੀ 8 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ, ਅੱਜ ਤਾਂ ਸੰਡੇ ਆ, ਅਸੀਂ ਡਿਊਟੀ ਕਰਦੇ ਜਲੰਧਰ, ਅੱਜ ਆਪਾਂ ਘਰੇ ਆ ਪਾਣੀ ਇੱਦਾਂ ਲਿਜਾ ਕੇ ਵਰਤ ਲਾਂਗੇ? ਮੇਰੇ ਬੱਚੇ ਤਾਂ ਬਿਲਕੁਲ ਛੋਟੇ ਆ, ਕਿਲੋ ਪਾਣੀ ਵੀ ਨਹੀਂ ਚੱਕ ਸਕਦੇ, ਤਾਂ ਫਿਰ ਬਾਕੀ ਦਿਨਾਂ 'ਚ ਮੇਰਾ ਕੌਣ ਮਸਲਾ ਕਰੂਗਾ ਹੱਲ? ਤੁਸੀਂ ਕੀ ਮੰਗ ਕਰਦੇ ਹੋ? ਸਾਡੀ ਸੁਣਦੀ ਨਹੀਂ, ਸਾਨੂੰ ਪਾਣੀ ਚਾਹੀਦਾ ਵਾ, ਅਸੀਂ ਬਿੱਲ ਵੀ ਤਾਰਦੇ ਰਹੇ ਆ, ਬਲਕਿ ਹੁਣ ਅਸੀਂ ਬਿੱਲ ਨਹੀਂ ਤਾਰਨਾ ਹੈਗਾ। ਟੈਂਕੀ ਦਾ ਕਨੈਕਸ਼ਨ ਕੱਟਣ ਦਾ ਮਾਮਲਾ ਸਾਹਮਣੇ ਆਇਆ, ਕੀ ਕਹਿਣਾ ਚਾਹੋਗੇ? ਜਿਹੜਾ ਲੱਖਣ ਕਲਾਂ ਜਿਹੜੀ ਵਾਟਰ ਪਲੇ ਸਕੀਮ ਹੈ ਉਹਦਾ ਕਨੈਕਸ਼ਨ ਜਿਹੜਾ PSPCL ਨੇ ਕਨੈਕਸ਼ਨ ਕੱਟ ਦਿੱਤਾ, ਕਿਉਂਕਿ ਉੱਥੇ ਬਿਜਲੀ ਦਾ ਜਿਹੜਾ ਹੈਗਾ ਬਕਾਇਆ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ। ਸਰ, ਮੇਰੇ ਧਿਆਨ ਦੇ ਵਿੱਚ ਇਹ ਗੱਲ ਹੈਗੀ ਹੈ
ਤੇ ਅਸੀਂ PSPCL ਨਾਲ ਮੈਟਰ ਟੇਕਅਪ ਕੀਤਾ, ਉਹਨਾਂ ਨੂੰ ਅਸੀਂ ਲੈਟਰ ਵੀ ਲਿਖੀ ਹੈ ਤੇ CM ਸਾਹਿਬ ਦੀਆਂ ਇੰਸਟਰਕਸ਼ਨਾਂ ਜਿਹੜੀਆਂ ਹੈਗੀਆਂ ਵੀ ਕਿਸੇ ਵਾਟਰ ਪਲੇਅ ਸਕੀਮ ਦਾ ਕਨੈਕਸ਼ਨ ਨਾ ਕੱਟਿਆ ਜਾਵੇ, ਉਹ ਵੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਲੈਟਰ ਦੇ ਦਿੱਤੀ ਹੈਗੀ ਹੈ ਤੇ ਜਲਦੀ ਜਲਦੀ ਕਨੈਕਸ਼ਨ ਜੋੜ ਦਿੱਤਾ ਜਾਵੇ।